ਕਿਹੜਾ ਗਾਣਾ ਗਾਤਾ ਤੈਂ? ਮੈਂ ਕਹੀ ਤਾਂ ਜਾਣਾ ਹੋਇਆ ਕਿ ਜੇ ਨੱਚਦੀ ਦੀ ਬਾਹ ਫੜ ਲਈ ਗੋਡੇ ਟੇਕ ਗਿਆ ਨਖਰਾ ਚੱਪਣੀ ਤੜਾ ਲੇਂਗੀ ਬੀਬਾ। ਆ ਭਾਈਆ ਤੇਰਾ ਹੈ ਤਾਂ ਪੈਣਦਾਰ ਮਿਰਜ਼ਾ ਬਣ ਨੂੰ ਫਿਰਦਾ। ਅਸੀਂ ਸਭ ਜਾਣਦੇ ਆ ਤੂੰ ਕਹੇ ਜਾ ਨਹੀਂ ਸਾਡੇ ਕੋਲ ਹੀ ਰਹਿਣਾ ਤੂੰ। ਉਹ ਘਰ ਬਾਰੇ ਦੇਖ ਲੈ, ਉਹ ਘਰ ਬਾਰੇ ਦੇਖ ਲੈ। ਘਰ ਨੂੰ ਕੀ ਅੱਕ ਲੱਗ ਰਹੀ ਆ? ਰੋਜ਼ ਤੇਰੇ ਲਾਂਬੇ ਆਉਂਦੇ ਨੇ ਮੇਰੇ ਸਾਲੇ ਦੇ। ਲਾਂਬਾ ਗਿਆ ਪਹਿਲਾਂ ਉਹ ਤਾਂ ਸੰਭਾਲ ਲੈ। ਰੋਜ਼ ਲਾਂਬੇ ਆਉਂਦੇ ਨੇ ਤੇਰੇ ਲਾਂਬੇ ਜਿਹੜੇ ਤੇਰੇ। ਔਰ ਇੱਕੇ ਨਹੀਂ ਲੋਟਾ ਇਹਦਾ ਹੈਗਾ। ਬਗ ਜਾ ਰੋ ਨਾਰੇ ਚੰਦਾ ਕਿ ਮੇਰੇ ਨਾਰੇ ਬੀਬੀ ਨੂੰ ਸੁਕਰ ਜਾ ਕੇ ਮੈਂ ਨਹੀਂ ਮੈਨੂੰ ਤੂੰ ਰੋਣ ਦੇ ਛੁੱਟ ਛੁੱਟ ਦੇ ਬਾਹ ਮੈਨੂੰ ਸਾਲਾ ਸੁਣ ਸੁਣੇ ਦਾ ਤੈਨੂੰ ਹੋਰ ਨਾ ਦੇਦਾ ਮੈਂ ਕੁਛ ਮੈਨੂੰ ਛੁੱਟ ਛੁੱਟ ਦੇ ਬਾਹ ਅੱਜੇ ਛੁੱਟ ਛੁੱਟ ਮੰਗਦਾ ਕੱਲ ਨੂੰ ਬਹੂ ਮੰਗੂਗਾ ਇਹ ਮੇਰੇ ਮੂੰਹ ਤੇ ਥੁੱਕ ਦੇ ਉਹ ਬਹੂ ਤਾਂ ਤੂੰ ਵੀ ਮੰਗਣ ਲੱਗ ਰਿਹਾ ਪਿੱਪਲ ਇੱਕ ਤੂੰ ਲੱਗਿਆ ਸੀ ਪਰ ਹੁਣ ਇਹ ਲੱਗ ਗਿਆ ਫਿਰ ਮੇਰੀ ਤਾਂ ਉਮਰ ਲੰਘਦੀ ਆ ਬਾਹਰ ਆ ਜਾ ਮੇਰੇ ਸਾਲੇ ਦੇ ਦਿਆ ਉਹ ਸੁਣਦਾ ਨਹੀਂ ਤੈਨੂੰ ਮੈਂ ਚੌ ਰਿਹਾ ਓਏ ਹਾਂ ਹਾਂ ਕੀ ਹੋ ਗਿਆ ਤੈਨੂੰ ਅੰਦਰ ਕੀ ਫੇਰੇ ਦੰਦਾ ਦੀ ਆਪਦੀ ਮਾਂ ਦੇ ਦੇ ਫੇਰੇ ਦੰਦਾ ਦੀ ਕੰਜਰ ਦਾ ਬੋਲਣ ਦੀ ਆਗ ਲੱਗੀ ਕਿ ਨਾ ਚੁੱਪ ਕਰ ਮੈਂ ਤੈਨੂੰ ਮੈਂ ਕਿਹਾ ਸੀ ਇਹ ਮੰਗਣ ਨਾ ਲੱਗੀ ਤੂੰ ਕਿਉਂ ਲੱਗੀ ਭੈਣੇ ਅੰਦਰ ਜਾ ਕੇ ਮੇਰੇ ਆ ਮਣਕ ਲਾ ਤੇ ਤੇਰੇ ਇਹ ਮਣ ਕੇ ਲਾ ਤੂੰ ਜਾ ਵੇਖੇਂਗੇ ਬਹੁਤ ਕੰਜਰ ਬੰਦਾ ਉਹ ਚਾਰਨ ਤੇ ਜਾਣਾ ਦੇਖ ਲੈ ਆ ਦੇਖ ਲੈ ਤੇਰੇ ਸਭ ਜਾਣਦੇ ਤੇ ਕਿਹੜੇ ਜਾਣਨਾ ਕੋ ਪਤਾ ਕਿਹੜੇ ਮਣ ਕੇ ਲਾਉਂਦਾ ਫਿਰਦਾ ਤੂੰ ਅੰਦਰ ਉਹ ਬਹਿ ਜਾ ਤੂੰ ਇਹਦਾ ਭੈਣੇ ਮਾਰਨਗੇ ਤਾਂ ਕਿਸੇ ਉਹ ਬਾਰੇ ਨਹੀਂ ਲਾ ਸਕਦਾ ਉਹਦੀ ਮਾਂ ਦੇ ਉਹ ਬਾਰੇ ਉੱਥੀ ਪਿਆਤੀ ਅੰਦਰ ਆ ਉੱਥੀ ਜਾ ਕੇ ਮੈਂ ਲਾਤਾ ਲੱਗ ਗਿਆ ਹੈ ਅੰਦਰ ਜਾਦੇ ਲੱਗਦੇ ਹੁੰਦੇ ਨੇ ਆ ਦੇਖ ਚਿਪਦਾ ਹੈ ਲੈ ਹਜੇ ਕਿਹੜਾ ਟਿਕਦਾ ਚਾਰਾ ਹਜੇ ਕਿਹੜਾ ਟਿਕਦਾ ਤੇ ਹੋ ਨਾ ਜੀ ਮਰ ਹੋ ਨਾ ਜਾ ਫਿਰ ਕੰਦਰੋਂ ਕੀ ਕਰ ਲਿਆ ਤੂੰ ਮੈਂ ਤਾਂ ਹੈਰਾਨ ਆ ਤੇ ਉਹ ਵਿਚਾਰਣ ਦੇ ਕਿਸੇ ਦੀ ਜਾਨ ਆ ਤੂੰ ਤਾਂ ਕਾਲੇ ਮੱਥੇ ਵਾਲੇ ਦੋਨੇ ਹੀ ਇਹ ਉਹ ਮੇਰੇ ਨੂੰ ਤਾਂ ਅੱਡ ਹੋ ਜਾ ਬਾਬਾ ਕਿੰਦਵਾ ਅਰੇ ਉਹਦਾ ਜਲੂਸ ਦੇਖ ਲਿਆ ਮੈਂ ਉਹ ਤੇਰੇ ਦਾ ਸੂਆ ਵਾਂਗੂ ਚੁਭਦਾ ਮੈਂ ਤੇ ਹੁਣ ਕੀ ਕਰੀਏ ਤੂੰ ਤਾਂ ਨਾ ਲੱਗ ਗਿਆ ਇਹ ਚ ਜ਼ਹਿਰ ਕੱਢਤੀ ਹੁਣ ਹੁਣ ਇਹ ਕੋਈ ਟੈਨਸ਼ਨ ਨਾ ਲੈ ਠੀਕ ਹੈ ਟੈਨਸ਼ਨ ਗੱਲ ਤਾਂ ਨਹੀਂ ਨਾ 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 ਓਏ ਇਹ ਕਬਰਾਂ ਦੇ ਹੋਰੇ ਜਾਂਦੇ ਚੜਾਉਂਦਾ ਫਿਰਦਾ ਇਹ ਹੁਣ ਕਬਰਾਂ ਨਾ ਤੂੰ ਜਮੀਨ ਠੀਕ ਹੈ ਹੁਣ ਬਸ 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 ਉਹ ਹੋ ਨਹੀਂ ਸਕਦਾ ਮੇਰੀ ਵਾਰੀ ਕਹਿ ਨੂੰ ਨਾ ਇਹ ਕਰਿਆ ਕਰ ਤੂੰ ਸਿੱਧੇ ਕੰਮ ਓਏ ਕਿਉਂ ਤੁਸੀਂ ਨੇ ਦੰਦਾ ਧੱਕਿਆ ਸਾਡੇ ਦੋਨਾਂ ਜੀਆਂ ਤੇ ਨਾ ਹੋਰ ਕੰਮ ਕਰ ਲੈ ਕੀ ਕਰਤੂਤ ਖੜਾਉਂਦਾ ਫਿਰਦੇ ਹੋਰ ਕੰਮ ਕਰ ਲੈ ਕੋਈ ਤੇ ਆਹੀ ਕੰਮ ਹੁੰਦੇ ਨੇ ਔਰ ਇਹਨੂੰ ਮਾਰਦਾ ਮੈਂ ਮਾਰਦਾ ਨਾਲੇ ਹੋਰ ਬੋਲਦਾ ਦੇਖ ਮੇਰਾ ਸਾਲਾ ਕਿਵੇਂ ਹੈ ਕੰਜਰ ਤੇ ਉਤਰਾ ਲੱਗ ਗਈ ਐਡੀ ਵੱਡੀ ਉਹ ਗੱਲ ਤਾਂ ਸੋਹਣਾ ਰਿਸ਼ਤੇਦਾਰੀ ਚ ਆਈ ਆ ਚੁੱਪ ਕਰ ਲੜੋ ਨਾ ਮੇਰੇ ਪੈਰ ਦੇ ਖੂ ਕੱਲਾ ਉਹ ਕੋਈ ਨਾ ਕੁਛ ਨਹੀਂ ਹੁੰਦਾ ਤੂੰ ਸ਼ਾਂਤ ਰਹਿ ਹੁਣ ਇਹਦੇ ਮਨ ਦੇ ਲੱਗੇਗੀ ਤਾਂ ਇਹ ਹੋਊਗਾ ਤੇਰੇ ਨਾਲ ਲਾਓ ਮੇਰੇ ਮਣਕਾ ਲਾਓ ਜੀ ਨਾ ਇਹ ਬੈਦ ਰਹਿ ਕੇ ਹੋਇਆ ਵੀ ਤੇਰਾ ਇਲਾਜ ਕਰੂਗਾ ਇਹ ਪਹਿਲਾਂ ਬੜੇ ਮਣਕੇ ਲਾਏ ਨੇ ਇਹਨੇ ਆ ਦੇਖ ਚਿਪਦਾ ਚਿਪਦਾ ਮੇਰਾ ਸਾਲਾ ਹੁਣ ਕੀ ਕਰੀਏ ਬਸ ਹੁਣ ਇਹ ਜ਼ਹਿਰ ਨਿਕਲ ਗਈ ਦੀ ਮੈਨੂੰ ਪਤਾ ਕਿਹੜੀਆਂ ਜ਼ਹਿਰ ਕੱਢੇਗਾ ਤੂੰ ਮੇਰੀ ਗੱਲ ਸੁਣ ਇਹ ਡਾਕਟਰ ਤੇ ਲੈ ਕੇ ਚੱਲ ਵੇ ਕੋਈ ਨਹੀਂ ਲੋੜ ਨਹੀਂ ਮੈਂ ਆਪੇ ਦਿਖਾਉਂਗਾ ਆਪੇ ਦਿਖਾਵਾਂਗਾ ਮੈਂ ਆਪੇ ਦਿਖਾਉਂਗਾ ਚੱਲ ਨਹੀਂ ਇਹਦੇ ਮੰਗਣ ਲੱਗੀ ਫਿਰਦੀ ਆ ਇਹ ਕੰਜਰ ਦਾ ਕਲੇ ਮੱਸੇ ਵਾਲਾ ਇਹੋ ਜੀ ਆ ਹੋ ਰਹੀ ਹੈ ਇੱਕ ਕਾਲੀ ਜਨਾਨੀ ਦੀ ਐਡੀ ਜੀਵ ਲੱਗ ਗਈ ਆ ਕੌਣ ਆ ਗਿਆ ਹੁਣ ਬਈ ਵੀ ਨਹੀਂ ਹੋ ਰਹੇ ਨੇ ਚੱਲ ਚੱਲ ਜੇ ਉਹ ਖਰਚਾ ਉਹ ਕਿੱਧਰ ਆ ਓਏ ਕਮਾਰਾ ਦੀ ਖੱਚਰ ਵਾਂਗੂ ਚੱਕਿਆ ਮੂੰਹ ਸਤਿ ਸ੍ਰੀ ਅਕਾਲ ਅੰਕਲ ਜੀ ਉਹ ਸਤਿ ਸ੍ਰੀ ਅਕਾਲ ਤਾਂ ਠੀਕ ਹੈ ਤੂੰ ਕੌਣ ਆ ਤੁਸੀਂ ਕੌਣ ਹੋ ਜੀ ਮੈਨੂੰ ਉਮਰ ਜੀ ਤੇ ਵੱਡੀ ਲੱਗਦੇ ਤੁਸੀਂ ਮੈਨੂੰ ਉਹ ਮੈਂ ਤਾਂ ਮੇਰੀ ਗੱਲ ਸੁਣ ਮੈਂ ਤਾਂ ਇਹ ਘਰ ਦਾ ਮਾਲਕ ਆ ਤੂੰ ਕੌਣ ਮੈਂ ਤਾਂ ਆਪਦੀ ਭੈਣ ਘਰੇ ਆਇਆ ਨਾ ਤੂੰ ਭੈਣ ਘਰੇ ਮੈਂ ਪਛਾਣਿਆ ਨਹੀਂ ਤੈਨੂੰ ਪਛਾਣਿਆ ਨਹੀਂ ਹਲੇ ਤੈਨੂੰ ਪਛਾਣ ਨਹੀਂ ਆਈ ਕੌਣ ਹੋ ਜੀ ਤੁਸੀਂ ਓਏ ਤੂੰ ਕਿਹੜੇ ਘਰ ਆਇਆ ਤੂੰ ਪਹਿਲਾਂ ਮੈਨੂੰ ਨਾਂ ਦੱਸ ਮੈਂ ਤਾਂ ਆਪਦੀ ਭੈਣ ਘਰੇ ਆਇਆ ਤੂੰ ਕੌਣ ਹੈ ਮੈਂ ਤੇਰੀ ਭੈਣ ਦਾ ਪਰਾਉਣਾ ਹੋਰ ਕੌਣ ਆ ਤੇਰੀ ਭੈਣ ਦਾ ਨਗੋਜਾ ਤੇਰੀ ਦਾ ਮੇਰੀ ਭੈਣ ਦਾ ਪਰਾਉਣਾ ਦਾ ਹੋਰ ਆ ਯਾਰ ਤੂੰ ਬਗ ਜਾ ਕਰ ਜਾ ਕੰਜਰ ਦੇ ਬੋਲੇ ਕਮਲੇ ਜੀ ਕਿੱਥੋਂ ਆ ਜਾਂਦੇ ਨੇ ਆਉਣ ਵਾਲੇ ਟਾਈਮ ਦਾ ਕਲਾਕਾਰ ਆ ਮੈਂ ਦੇਸੀ ਗਰੂ ਵਾਲਿਆਂ ਨੇ ਸਨਮਾਨਿਤ ਕਰਕੇ ਭੇਜਿਆ ਮੈਨੂੰ ਉਹ ਪਤਾ ਮੈਨੂੰ ਤੂੰ ਮੇਰਾ ਗੀਤ ਨਹੀਂ ਸੁਣਿਆ ਗੁਲਾਬ ਸਿੱਧੂ ਲਿਖ ਕੇ ਦਿੱਤਾ ਚੱਪਣੀ ਤੜਾ ਲੈਂਗੀ ਬੀਬਾ ਕੀ ਬੇ ਮੇਰੇ ਭਰਾ ਨਾਲ ਮਟਕੀ ਜਾਂਦਾ ਤੂੰ ਆ ਗਈ ਭੈਣ ਮੇਰੀ ਆ ਗਈ ਭੈਣ ਮੇਰੀ ਹਾਂ ਤੂੰ ਮੇਰੇ ਭਰਾ ਦਾ ਜ਼ਰੂਰ ਕੱਢ ਰੱਖਿਆ ਅੰਦਰ ਵੀ ਨਹੀਂ ਕੁੱਤੇ ਖਾਣੀ ਬਾਹਰ ਹੋਰ ਦੇਵੀ ਠੀਕ ਹੈ ਸਤਿ ਸ੍ਰੀ ਅਕਾਲ ਠੀਕ ਆ ਹੈ ਇਹ ਤੇਰਾ ਭਾਈ ਹੈ ਕਾਨੂੰਨ ਨੇ ਤਾਂ ਮੇਰੇ ਭਰਾ ਮੰਗ ਜਾਂਦੇ ਪਹਿਲਾਂ ਤਾਂ ਮੇਰੀ ਭੈਣ ਦੇ ਗਲ ਪੈ ਗਿਆ ਮੇਰੇ ਭਰਾ ਦੇ ਗਲ ਪੈ ਗਿਆ ਤੂੰ ਹੁਣ ਸਾਰ ਕਿਸੇ ਦੀ ਲੱਤ ਨਹੀਂ ਕੰਮ ਕਰਦੀ ਕਿਸੇ ਦਾ ਕੁਛ ਨਹੀਂ ਕੰਮ ਕਰਦਾ ਇਹਦਾ ਸਾਰਾ ਦਿਮਾਗ ਹੀ ਨਹੀਂ ਕੰਮ ਕਰਦਾ ਮੇਰੇ ਭਰਾ ਨੂੰ ਖਰਾ ਯਾਰ ਜੇ ਮੇਰੇ ਭਰਾ ਨੂੰ ਕੁਛ ਕਹਿਦਾ ਕਿਤੇ ਖੇੜੀ ਤੂੰ ਨਾ ਹੋ ਜੇ ਤੂੰ ਕੁੜੀ ਦੇ ਆਨੰਦ ਦੇਣੇ ਨੇ ਉਹ ਟਕਿਆਲਾ ਇਹਨੂੰ ਮੇਰੇ ਸਾਲ ਨੂੰ ਪਹਿਲੀ ਕੁੱਟੂਗਾ ਇਹ ਮੈਥੋਂ ਹੱਥ ਨਾ ਲਾ ਦੀ ਮੇਰੇ ਭਰਾ ਦੇ ਹੱਥ ਨੂੰ ਇਹ ਜਾਉਣਾ ਮੌੜਾ ਇਹ ਦੇਸੀ ਕਰੂ ਵਾਲੇ ਸਨਮਾਨਿਤ ਕਰਿਆ ਹਾਰ ਪਾ ਕੇ ਭੇਜਿਆ ਮੈਨੂੰ ਮੈਨੂੰ ਪਤਾ ਇਹ ਕਾਮਰੇ ਜਿਹੜਾ ਕੰਜਰ ਦਾ ਲਾਲ ਜੀ ਬੰਨੀ ਫਿਰਦਾ ਪੱਗ ਅੰਕਲ ਜੀ ਫਿਰ ਸੋਨੇ ਮੇਰਾ ਗੀਤ ਨਹੀਂ ਸੁਣਿਆ ਹੈਗਾ ਉਹ ਮੇਰਾ ਗੀਤ ਜਿਹਾ ਆਇਆ ਸੀ ਪਿੱਛੇ ਮੈਂ ਸਰਗੀ ਮਾਨ ਨੂੰ ਲਿਖ ਕੇ ਦਿੱਤਾ ਸੀਗਾ ਹੋਇਆ ਕਿ ਜੇ ਨੱਚਦੀ ਦੀ ਬਾਹ ਫੜ ਲਈ ਗੋਡੇ ਟੇਕ ਗਿਆ ਚੱਪਣੀ ਮੱਥੇ ਟੇਕ ਗਈ ਮੈਂ ਲਿਖ ਕੇ ਦਿੱਤਾ ਸੀ ਮੰਨ ਗਈ ਸੀ ਸਰਗੀ ਮਾਨ ਮੇਰੇ ਗੀਤ ਨੂੰ ਉਲਝੀਆਂ ਨਖਰਾ ਕਾਹਦੀਆਂ ਚੱਪਣੀ ਟੇਕ ਗਿਆ ਨਖਰਾ ਉਹ ਨਾ ਜਾਣੀ ਉਹ ਗੁਲਾਬ ਸਿੱਧੂ ਨੂੰ ਕੰਪੋਜ਼ ਕਰਾ ਕੇ ਦਿੱਤੀ ਸੀ ਭੈਣ ਮੇਰੀ ਨਾਲ ਤੀ ਉਦੋਂ ਮੇਰੇ
आप हाथी साइन करके दिती थी गुलाब सिद्धू कंट्रैक्ट मैं ही दिता थी मैं सरगी मान नाल गाला जाके ਕਿਹੜਾ ਗਾਣਾ ਗਾਤਾ ਤੈਂ ਮੈਂ ਕਹੀ ਤਾਂ ਜਾਣਾ ਹੋਇਆ ਕਿ ਜੇ ਨੱਚਦੀ ਦੀ ਬਾਹ ਫੜ ਲਈ ਗੋਡੇ ਟੇਕ ਗਿਆ ਨਾ ਖਰਾ ਚੱਪਣੀ ਤੜਾ ਲੇਂਗੀ ਬੀਬਾ ਭਾਈ ਆ ਤੇਰਾ ਇਹ ਤਾਂ ਪੈਣਦਾਰ ਮਿਰਜ਼ਾ ਬਣ ਨੂੰ ਫਿਰਦਾ ਭੈਣੇ ਆਪਣਾ ਗੀਤ ਜਿਹਾ ਨਹੀਂ ਆਇਆ ਦੀਗਾ ਹਰ ਜਾ ਹਰ ਜਾ ਸੋਚਦਾ ਦੋਨੇ ਹੋਏ ਲੰਨੂ ਨੂੰ ਖੁੰਡਾ ਸੌ ਕੋ ਹਰ ਜਾ ਤੂੰ ਚੁੱਪ ਕਰਕੇ ਬਹਿ ਜਾ ਹਰ ਜਾ ਆਪਣਾ ਗੀਤ ਜਿਹਾ ਨਹੀਂ ਆਇਆ ਦੀਗਾ ਕਿਹੜਾ ਉਹ ਦੀਗਾ ਓਏ ਕਿਹੜਾ ਚਮਕੀਲੇ ਨੂੰ ਫੇਰ ਕਰੂ ਇਹ ਕੰਜ ਇਹਨੂੰ ਬਾਰੇ ਕੱਢੇ ਕਿਉਂ ਕਿੱਥੋਂ ਆਇਆ ਇਹ ਉਹ ਤੂੰ ਚੁੱਪ ਕਰ ਜਾ ਯਾਰ ਅੰਕਲ ਹੈ ਕੌਣ ਇਹ ਮੈਂ ਪਛਾਣਿਆ ਨਹੀਂ ਅੰਕਲ ਤੁਹਾਡਾ ਪ੍ਰਾਹਣਾ ਛੋਟਾ ਮੈਂ ਪ੍ਰਾਹਣਾ ਪਿੱਛੇ ਹਟ ਕੇ ਗੱਲ ਕਰ ਕਰ ਜਾ ਮਕਲਾਵਾ ਲੈਣੀ ਦਾ ਖੜਦੀ ਨਹੀਂ ਹੈਗਾ ਹੁਣ ਤਾਂ ਇੱਕ ਦੇ ਜੋਰ ਤੇ ਪਸਾਉ ਤੂੰ ਬਹਿ ਜਾ ਬਹਿ ਜਾ ਕਿਉਂ ਸਿਰ ਪਟਵਾਉਣੇ ਨੇ ਇੱਥੇ ਤੂੰ ਚੁੱਪ ਕਰ ਜਾ ਮੈਂ ਚੁੱਪਾਂ ਪਤਾ ਨਹੀਂ ਕਿਹੜੇ ਮੂੰਹ ਨੂੰ ਚੁੱਪ ਕਰ ਜਾ ਤੂੰ ਆਪਣੀ ਛੋਟੀ ਕਿੱਥੇ ਪਹਿਲਾਂ ਹੀ ਦੱਸ ਉਹ ਬੈਠੀ ਅੰਦਰ ਪਤਾ ਨਹੀਂ ਕਿੰਨੇ ਦੇ ਨਾਗ ਲੜ ਗਿਆ ਉਹ ਮੈਂ ਵਿਚਾਲੀ ਆ ਨਹੀਂ ਆਇਆ ਚੁੱਪਣ ਵਰਗਾ ਮੂੰਹ ਆ ਨਾ ਜਿਹਦਾ ਆ ਇਹ ਤਾਂ ਮਰਵਾਣਾ ਦੀ ਪੈਣ ਗੜਾ ਗਿਆ ਕਜੀਆ ਸੱਪ ਲੜਾਤਾ ਹੋਵੇ ਸਾਡੀ ਕੁੜੀ ਦੇ ਉਹ ਮੈਂ ਬਚਾਈਆ ਤੁਹਾਡੀ ਕੁੜੀ ਇਹੀ ਕੰਜਰ ਪਤਾ ਨਹੀਂ ਕਿਹੜੇ ਟਿੱਬੇ ਟੋਣੇ ਦੇ ਲੈ ਕੇ ਫਿਰਦਾ ਸੀ ਉਹਨੂੰ ਲੜਵਾ ਲੇ ਉਹਦੇ ਪਤਾ ਨਹੀਂ ਕੀ ਤੂੰ ਪਹਿਲਾਂ ਗੀਤ ਸੁਣੇ ਯਾਰ ਸਾਡਾ ਉਹ ਬਸ ਰਹਿਣ ਦੇ ਤੂੰ ਕਿਹੜਾ ਚਮਕੀਲੇ ਮੈਨੂੰ ਤਾਂ ਲੱਗਦਾ ਚਮਕੀਲੇ ਤੂੰ ਹੀ ਮਰਵਾਇਆ ਕੰਜ ਤਾਂ ਉਹੀ ਲੱਗ ਰਿਹਾ ਲੈ ਜਾ ਇਹਨੂੰ ਚੱਲ ਵੀਰੇ ਆਪਾਂ ਚੱਲ ਨਹੀਂ ਬਾਹਰ ਕੰਮ ਕਰਦੀ ਐ ਲੈ ਇਹ ਫੇਰ ਕਰੂਗਾ ਸਾਰਿਆਂ ਨੂੰ ਚੱਲ ਖੜ ਜਾ ਮੈਂ ਖੜ ਜਾ ਪਾ ਜਾ ਕੰਜਰ ਦਾ ਪਾ ਜਾ ਗੁੱਡੂ ਮੈਥੋਂ ਇਹ ਗੀ ਤੂੰ ਜਾਂਦੀ ਨਾ ਬੋਲ ਉਹ ਤਾਂ ਹੈਗਾ ਜਿਵੇਂ ਦਾ ਤੂੰ ਕਿਉਂ ਬੋਲੀ ਜਾਂਦਾ ਬੜਬੜ ਇਹਨੂੰ ਪ੍ਰਾਹਣੇ ਦੀ ਇੱਜ਼ਤ ਨਹੀਂ ਕਰਨੀ ਆਉਂਦੀ ਇਹਨੂੰ ਚੱਲ ਵੀਰੇ ਆਪਾਂ ਕੁਝ ਖਾਣੇ ਪੀਣੇ ਅੰਦਰ ਚੱਲ ਕੇ ਖਾਣੇ ਪੀਣੇ ਆ ਗਏ ਇਹ ਬੜਾ ਕੇਲਿਆਂ ਦੀ ਦਰਜਨ ਲੈ ਕੇ ਆਇਆ ਚੁੱਪ ਕਰਕੇ ਦੇ ਖੱਖਾਂ ਪਾੜੋ ਕੰਜਰ ਬੋਲਦਾ ਦੇਖ ਬੜੇ ਮੇ ਮੂੰਹ ਆ ਪੱਗ ਜਾ ਕੰਜਰ ਦਾ ਬੜਾ ਆ ਦੇਸੀ ਕਰੂ ਵਾਲੇ ਸਨਮਾਨਿਤ ਕਰਿਆ ਮੈਨੂੰ ਫਿਰ ਤੈਨੂੰ ਸਾਈਕਲ ਵਾਲੇ ਨੇ ਨਹੀਂ ਕਰਨਾ ਕਿਸੇ ਨੇ ਢੇਲੇ ਦਾ ਨਹੀਂ ਦੇਸੀ ਕਰੂ ਪਾੜਦਾ ਅੱਜ ਵੀਰੇ ਮੰਜੇ ਤੇ ਬੈਠ ਤੂੰ ਮੇਰਾ ਸਿਆਣਾ ਭਰਾ ਮੈਂ ਕੀ ਲੜਾ ਲਿਆ ਓ ਯਾਰ ਪਤਾ ਨਹੀਂ ਉਹ ਕਿੱਥੇ ਲੈ ਗਿਆ ਸੀ ਜਿਹੜਾ ਤੈਨੂੰ ਮਿਲਿਆ ਸੀ ਹਣੀ ਕੀ ਲੜਾ ਲਿਆ ਉਹਦੇ ਨਾਲੇ ਮੈਂ ਤਾਂ ਅੱਜ ਸਨਮਾਨਿਤ ਕਰਕੇ ਭੇਜਾਂ ਦੇਸੀ ਕਰੂ ਵਾਲੇ ਨੇ ਮੈਨੂੰ ਤਾਂ ਉਹ ਲੈ ਕੇ ਦੋ ਅੱਛਾ ਛੁੰਚਨਾ ਜਾ ਲੈ ਕੇ ਦੋ ਮੈਨੂੰ ਮੈਂ ਤਾਂ ਉਹ ਬਜਾਇਆ ਕਰੂ ਮੇਰੇ ਕਿਹੜਾ ਛੁੰਚਨਾ ਆ ਆਏ ਕਰਕੇ ਦੋ ਹੱਥਾਂ ਨਾਲ ਫੜ ਲਿਆ ਲੈ ਮੇਰੇ ਭਰਾ ਨੂੰ ਲਿਆ ਦੂੰਗੀ ਕੋਈ ਨਾ ਲਿਆ ਦੂੰਗੀ ਮੈਂ ਉਹਨੂੰ ਬੁਲਾ ਫਿਰ ਕਿੱਥੇ ਆ ਕੁੜੀ ਜੀ ਕੁੜੀ ਨੂੰ ਮੋਲ ਹਾਂ ਭੈਣੇ ਆ ਜਾ ਦੇਖ ਨੀ ਕੌਣ ਆਇਆ ਨਹੀਂ ਮੇਰਾ ਭਰਾ ਆਇਆ ਨਹੀਂ ਕਿਵੇਂ ਵੀਰੇ ਠੀਕ ਹੈ ਮੈਂ ਤਾਂ ਠੀਕ ਹਾਂ ਪਾਣੀ ਪੂਣੀ ਲਿਆ ਤਾ ਹਾਂ ਲਿਆਉਣੀ ਆ ਬਰੀ ਲਿਆਉਣੀ ਆ ਆ ਦੇਖ ਲੈ ਵੀਰੇ ਮੈਂ ਉਧਰ ਗਈ ਸੀ ਮੱਝਾਂ ਵਾਲੇ ਬਾੜੇ 'ਚ ਤੇ ਆ ਪਤਾ ਨਹੀਂ ਕੀ ਲੜ ਗਿਆ ਮੇਰੇ ਓਏ ਉਹ ਕੌਣ ਹੈ ਸੜਿਆ ਜਿਹਾ ਬੰਦਾ ਵੀਰੇ ਐ ਨਾ ਬੋਲ ਉਹਨੇ ਤਾਂ ਮੈਨੂੰ ਬਚਾਤਾ ਉਹਨੇ ਮੇਰੇ ਮਣਕਾ ਲਾ ਕੇ ਮੈਨੂੰ ਸੈੱਟ ਕਰਿਆ ਉਹੀ ਤਾਂ ਨਹੀਂ ਕੀ ਮਣਕਾ ਮੁਣਕਾ ਨਾ ਵੀਰੇ ਮਣਕਾ ਲਾ ਕੇ ਸੈੱਟ ਹੋਈ ਹੈ ਮੇਰੇ ਲੱਤੇ ਇਹ ਉਹਨੇ ਬਚਾਇਆ ਮੈਨੂੰ ਉਹਨੂੰ ਨਾ ਮਾੜਾ ਬੋਲ ਬਹੁਤ ਵਧੀਆ ਬੰਦਾ ਉਹ ਖੜਾ ਹੋ ਕੇ ਆ ਦੇਖ ਵੀਰੇ ਅਲੇ ਤਾਂ ਠੀਕ ਆ ਤੇ ਬਾਲਾ ਮੂੰਹ ਜਾਣ ਲੱਗਿਆ ਕਰ ਚੱਪਣ ਕੱਦੂ ਜਾ ਮੇਰਾ ਸਲਾ ਅਰੇ ਮੇਰੇ ਵੀਰ ਪਾਣੀ ਪੀ ਲੈ ਵੀਰੇ ਤੁਸੀਂ ਕਿਉਂ ਸਿੰਘ ਮੰਗੂ ਪਲੋਸੀ ਜਾਂਦੇ ਹੋ ਮੈਨੂੰ ਉਹ ਨਾ ਨਾ ਵੀਰੇ ਪਾਣੀ ਪੀ ਲੈ ਇੰਨੀ ਗਰਮੀ ਹੋਈ ਪਈ ਹੈ ਚੱਕ ਚੁੱਕਰ ਆ ਜੂਗਾ ਪੀ ਲੈ ਵੀਰੇ ਪਾਣੀ ਹੋਰ ਮੰਮੀ ਕਿਵੇਂ ਠੀਕ ਹੈ ਸਾਰੇ ਘਰੇ ਮੰਮੀ ਦਾ ਠੀਕ ਆ ਤੂੰ ਇੱਥੇ ਆ ਕੇ ਕੀ ਲੈਣ ਆਈ ਹੈ ਤੇ ਪਹਿਲਾਂ ਮੈਨੂੰ ਐਂ ਦੱਸਾਂ ਮੈਨੂੰ ਭੈਣ ਨੇ ਬੁਲਾਇਆ ਸੀ ਮੈਂ ਬੁਲਾਈ ਸੀ ਭੈਣ ਨੇ ਬੁਲਾਇਆ ਸੀ ਕੀ ਕੱਖੜੀਆਂ ਲੈਣ ਆਈ ਸੀ ਤੂੰ ਇੱਥੇ ਮੈਂ ਮਿਲਣਾ ਹੀ ਸੀ ਚਲ ਮੈਂ ਮਿਲ ਜਾਂਦੇ ਉਹਨਾਂ ਨੂੰ ਮੈਨੂੰ ਨਹੀਂ ਪਤਾ ਮੈਂ ਤਾਂ ਹੁਣ ਇੱਥੇ ਇੱਕ ਕੰਮ ਕਰਨ ਵਾਸਤੇ ਆਇਆ ਜੀਜੇ ਨੂੰ ਕਹਿ ਕੇ ਕੈਸਟ ਕਰਾਓ ਮੇਰੀ ਮੈਨੂੰ ਨਹੀਂ ਪਤਾ ਕਰਾ ਦਾਂਗੇ ਕੋਈ ਨਾ ਆ ਜਾਂਦੀ ਤੇਰੇ ਜੀਜੇ ਨੂੰ ਸ਼ਾਮ ਨੂੰ ਆ ਜੂਦਾ ਖਾ ਕੇ ਕੈਸਟ ਕਰਾ ਦੂੰਗੀ ਕਰਾ ਲਾਂਗੇ ਠੰਡਾ ਰਹਿ ਤੂੰ ਗੀਤ ਮੇਰੇ ਇੰਨੇ ਲਿਖੇ ਪਏ ਨੇ ਯਾਰ ਆਰਨੇ ਤੇ ਝੱਕ ਲੱਗ ਰਿਹਾ ਖੜਾ ਵੀ ਗੀਤ ਲੈਣਾ ਤੇ ਤੋਂ ਕੋਈ ਨਾ ਮੇਰੀ ਕੋਈ ਨਾ ਦੇ ਦਾਂਗੇ ਆਰਨੇ ਤੈਨੂੰ ਕਿ ਆਪਾਂ ਜਿੰਨੇ ਤੂੰ ਕਲਾਕਾਰ ਨੂੰ ਕਹਿੰਗੇ ਉਹ ਤੇਰਾ ਗੀਤ ਦਵਾ ਦਾਂਗੇ ਪਹਿਲਾਂ ਲਾਭ ਹੀਰੇ ਦਾ ਗੀਤ ਮਸਾ ਚਲਾਇਆ ਸੀ ਨੇ ਡਿਊਟੀ ਲਾਈ ਹੈ ਸਾਡੀ ਕੀਲੇ ਕੱਢਣ ਦੀ ਹਾਂ ਕੀਲੇ ਕੱਢਣ ਹਾਂ ਉਹ ਗਾਣਾ ਤਾਂ ਕੀਲੇ ਗੱਡਾਂਗੇ ਮੇਰੇ ਕਿਉਂ ਮਾਰੀ ਨੇ ਇੱਕ ਨਾਲੇ ਉਹ ਗੀਤ ਮੈਂ ਤੈਨੂੰ ਦੱਸਿਆ ਨਹੀਂ ਸੀਗਾ ਹੋਇਆ ਕੀ ਜੇ ਨੱਚਦੀ ਦੀ ਬਾਹ ਫੜ ਲਈ ਉਲਝੀਆਂ ਨਖਰੇ ਕਾਹਦੀਆਂ ਚੱਪਣੀ ਤੜਾ ਗਿਆ ਨਖਰਾ ਹਾਂ ਹਾਂ ਉਹ ਗਾਣਾ ਤਾਂ ਬਹੁਤ ਚੱਲਿਆ ਵੀਰੇ ਬਹੁਤ ਚੱਲਿਆ ਤੇਰਾ ਗਾਣਾ ਨਖਰੇ ਕਾਹਦਾ ਚੜਾ ਗਈਆਂ ਗੋਡੇ ਟੇਕ ਹਾਂ ਟੇਕ ਗਿਆ ਨਖਰਾ ਹਾਂ ਆਪਾਂ ਦੋਨੇ ਗਾਇਆ ਕਰਾਂਗੇ ਦੋਨੇ ਭੈਣ ਭਾਈ ਡਿਊਟੀ ਜੋੜੀ ਬਣਾਵਾਂਗੇ ਵੀਰੇ ਮੈਂ ਵੀ ਉਹ ਹਾਂ ਸਾਰੇ ਗਾਵਾਂਗੇ ਆਪਾਂ ਹਾਂ ਕੋਈ ਨਾ ਤੂੰ ਐਂ ਕਰ ਹਾਂ ਉਹਨੂੰ ਕਹਿ ਦੀ ਜਿਹਨੂੰ ਬੁਲਾ ਲੂੰਗੀ ਪਹਿਲਾਂ ਤੂੰ ਪਾਣੀ ਪੀ ਚੱਲ ਕੋਈ ਨਾ ਮੈਂ ਤਾਂ ਛੁੰਚਣਾ ਚਾਹੀਦਾ ਦੋ ਹੱਥਾਂ ਨਾਲ ਵੱਜਦਾ ਜਿਹੜਾ ਬੇ ਲਿਆ ਦੂੰਗੀ ਛੁੰਚਣਾ ਵੀ ਤੈਨੂੰ ਚੱਲ ਫੇਰ ਬੁਲਾਉ ਉਹਨੂੰ ਬੁਲਾ ਲੂੰ ਕੋਈ ਨਾ ਅੰਦਰ ਬਾਗ ਦਾ ਆਰਾਮ ਕਰ ਲੈ ਤੂੰ ਠੀਕ ਹੈ ਠੀਕ ਹੈ ਵੀਰੇ ਮੈਂ ਜਾਨੀ ਚੱਲ ਮੈਂ ਵੀ ਇੱਕ ਗਲਾਸ ਜਿਹਾ ਰੱਖਿਆ ਮੈਂ ਪਾਣੀ ਵਾਲਾ ਆ ਜਾ ਕੁੜੇ ਕਿੱਥੋਂ ਆਏ ਨੇ ਲੈ 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 ਬੱਲੇ ਬੱਲੇ ਅੱਜ ਦਾ ਕੰਮ ਲੱਗ ਰਿਹਾ ਓਏ ਉਹ ਕੰਮ ਮੇਰੀ ਗੱਲ ਸੁਣ ਓਏ ਕੰਮ ਲੱਗ ਰਿਹਾ ਲੈ ਲੈ ਕਰੀ ਜਾਣਾ ਇੱਕ ਆ ਹੋਰ ਆ ਗਿਆ ਬਿਨ ਕੁੜੀ ਤੋਂ ਪਰਾਉਣਾ ਇੱਥੇ ਸਮਝ ਜਾਣਾ ਤੂੰ ਹੁਣ ਕੌਣ ਆ ਗਿਆ ਆ ਛੋਟਾ ਸਾਲਾ ਉਹ ਕਹਿੰਦੀ ਨਹੀਂ ਮੇਰਾ ਭਾਈ ਆ ਪਤਾ ਨਹੀਂ ਮੈਨੂੰ ਲੱਗਦਾ ਤਾਂ ਹੈ ਨਹੀਂ ਭਾਈ ਆ ਉਹ ਪਹਿਲਾਂ ਮਸਾ ਡੱਕਰਿਆ ਸੀਗਾ ਉਰੋਂ ਇੱਕ ਤਾਂ ਤੂੰ ਹੀ ਪਿੱਪਲ ਲੱਗ ਰਿਹਾ ਤੇ ਹੁਣ ਉਹ ਲੱਗ ਗਿਆ
मैं पिपला मेरे तक करिया कंजरा है थोड़ा तो यही रहू कंजर खाना मैं देखदा चल देखदा चल नाले होर कंजर सारा टब्बरे इत्थे बिठा लिया करी लिया बहलियां दे कंडे कढ़ने जाना नहीं सुक्का अज कोई तू किधरों आ गया होना सस्रीकाल जी बस तेरी सस्रीकार ठीक है अब दिल भी रख मेहमाना का स्वागत नहीं करोगे क्या आप कितों पिपल लग गया एक तो पहली मैनू लग रहा सी पिपल हुण तू लग गया दूसरा उरे मेरी गल सुन जी जब तेनू पता तू के ना गल कर लग रहा गुलाब सिद्धू ना कष्ट आ रही है मेरी ओ किधर नहीं अड्डा तू लाभ ही रहेगा तो उदा गुलाब सिद्धू का होएगा दो कैप्सूल थी जेड़ा मैं ही देख लिख के दिते थी क्या पंजाब दे दो कैप्सूल ले ली जे मित्रा नहीं गल दस ओए हुण तू ऐ जाएगा कि थापड़े खा के जाएगा पहला गीत सुन मेरा फिर बोली आता गुलाब ओहदा की दो लाभ हीरे का गीत नहीं सुनया मैं लिख के दिता थी जे तेजाब होगा दो कैप्सूल ले ली साडी जुड़त तो मचू काल जा मैं लिख के दिता थी तेरे बाई ने तेरा करा तेजाब लोट मैं तू ऐ जाना कि जुत्तियां खा के जाना पहले मैनू ए दस एक नहीं पेपर लोट आता है मेरी तो कष्ट करा के दे मैं तो आया इतने तरीक करावा कष्ट हूँ मैं आ कुड़ी कहे वास्ते तोरी असी ने तेरी हूँ करा दूँ मैं कष्ट सारा दिन थोड़ा गोला धंधा कर दिया मेरी एक कष्ट नहीं करा सकते यार तुसी वो एडा कि तू चमकीला बनेगा पहले मैनू ये दस वो चमकीला की मैं तो वह बनूंगा हाई एंड गड्डिया 500 ते छड़ियां तेनू गाना तो आता नहीं की होंगे होर बोक जे वर्गा मूँह तेरा तेरा बाला सोना मैं मेरा मूँह मान दे ना जा पहला अंदर बग जा चाह पानी पी ले वो तू बग जाओ मैं तो जाता नहीं मैं तो इतने महीना रहूँगा ਐਨੇ ਕਿ ਮੈਨੂੰ ਜਾਂਦਾ ਫਿਰ ਮੈਂ ਤਾਂ ਰਹੂੰਗਾ ਇੱਥੇ ਆਪ ਤੂੰ ਜਾਣਾ ਕਿ ਨਹੀਂ ਮੈਂ ਮਾਰਾ ਹਾਂ ਕਿ ਭੈਣ ਨੂੰ ਜਾਂ ਮਾਰ ਲੈ ਤੇਰੀ ਭੈਣ ਕੀ ਕਰ ਲੂ ਮੇਰਾ ਨਹੀਂ ਭੈਣੇ ਆਈ ਆਈ ਉਹ ਬਗ ਜਾ ਮੇਰੇ ਸਾਹਮਣੇ ਆ ਆ ਕੁੱਟੂਗਾ ਮੈਨੂੰ ਆਈ ਦੀਦੀ ਤੂੰ ਐ ਤਾਂ ਨਹੀਂ ਹਿਲਦਾ ਕੀ ਹੋ ਗਿਆ ਆ ਕਿੱਥੋਂ ਪਿੱਪਲ ਲੱਗ ਗਿਆ ਹੁਣ ਉਰੇ ਨਾ ਜੇ ਮੇਰਾ ਭਰਾ ਚਾਰ ਦਿਨ ਰਹਿਣਾ ਹੈਗਾ ਤੇਰੇ ਪਿੱਪਲ ਲੱਗ ਜਿਹੜਾ ਤੇਰਾ ਭਰਾ ਚੋਰਾ ਫਿਰਦਾ ਮੇਰਾ ਦਿਮਾਗ ਚੱਟਦਾ ਉਹ ਮੇਰੇ ਤਾਂ ਉਸੇ ਨਹੀਂ ਲਹੂ ਪੀਰ ਖਿਆ ਸੀ ਹੁਣ ਤੂੰ ਦੂਆ ਇਹ ਆ ਗਿਆ ਕੋਈ ਨਾ ਮੈਂ ਤਾਂ ਕਸ਼ਟ ਕਰਾ ਕੇ ਜਾਊਂ ਕੀ ਕਰ ਚੱਕ ਕੇ ਲੈ ਗਿਆ ਇਹਨੂੰ ਲੈ ਜਾ ਐਡੀ ਕਿਹੜੀ ਇਹਨੇ ਕਸ਼ਟ ਕਰਾਉਣੀ ਹੈ ਕੋਈ ਨਾ ਕਰਾਵਾਂਗੇ ਕਿ ਜਿਹੜੀ ਕਸ਼ਟ ਕਹਿੰਦੇ ਮੇਰੇ ਸਾਲੇ ਦੇ ਨੇ ਲਹੂ ਪੀਰ ਖਿਆ ਐ ਨਹੀਂ ਇਹਨੂੰ ਤੋੜ ਦੇ ਜੇ ਆਥਣ ਤੱਕ ਜਾਂਦਾ ਠੀਕ ਹੈ ਨਹੀਂ ਮਕਾਲੂ ਇਹਦਾ ਕਰ ਦੂੰ ਹੀਲਾ ਫਿਰ ਜੇ ਚੜ ਤਾ ਤਾ ਮੱਛੂ ਕਾਲ ਜਾ ਅੱਧਾ ਕੈਪਸੂਲ ਲੈ ਲਈ ਤੂੰ ਉਹ ਤੂੰ ਬਹਿ ਜਾ ਤੂੰ ਬਹਿ ਜਾ ਅੱਧਾ ਕੈਪਸੂਲ ਲੈ ਲਈ ਤੂੰ ਆਇਆ ਦੋਨੇ ਭਾਈਆਂ ਨੇ ਮੈਨੂੰ ਤਾਂ ਚੁੱਪ ਕਰ ਵੀਰੇ ਤੂੰ ਬਹਿ ਜਾ ਠੀਕ ਹੋ ਜੀ ਹੁਣ ਹਾਂਜੀ ਠੀਕ ਆ ਤੁਸੀਂ ਦੱਸੋ ਕਿਵੇਂ ਹੋ ਕਿਵੇਂ ਹੁਣ ਸਿਹਤ ਠੀਕ ਹੈ ਹੁਣ ਮੇਰੇ ਲੱਤ ਹੁਣ ਜ਼ਖਮ ਲੋਟ ਹੋ ਗਿਆ ਹਾਂਜੀ ਹਾਂਜੀ ਹੋ ਗਿਆ ਬਹੁਤ ਅੱਛਾ ਮੈਂ ਤਾਂ ਬੜੀ ਫਿਕਰ ਹੋ ਰਹੀ ਸੀ ਤੁਹਾਡੀ ਅੱਛਾ ਜੀ ਹਾਂ ਕਿਉਂ ਹੋਰ ਕੀ ਨਾ ਹੋਣ ਵਾਲੇ ਸੀ ਜੀਵਨ ਸਾਥੀ ਹੋ ਨਾ ਅੱਛਾ ਠੀਕ ਹੈ ਮੈਂ ਤਾਂ ਰੱਬ ਦੇ ਅੱਗੇ ਅਰਦਾਸ ਕੀਤੀ ਸੀ ਵੀ ਮਾਲਕਾ ਮੈਨੂੰ ਭਾਵੇਂ ਦੁੱਖ ਵੱਧ ਦੇ ਦੀ ਪਰ ਇਹਨੂੰ ਨਾ ਕੁਛ ਹੋ ਸਕਦਾ ਇੰਨੀ ਫਿਕਰ ਮੇਰੀ ਮੈਂ ਫੁੱਲਾਂ ਵਾਂਗੂ ਰੱਖੂੰਗਾ ਤੁਹਾਨੂੰ ਸੱਚੀ ਸੱਚੀ ਠੀਕ ਹੈ चल आप खीर चल के जी चलो चलो की खाना फिर गन्ने उत्थे गन्ने भी ने नींबू भी ने गन्ने खवा दे नींबू तो खट्टे होने कोई ना पानी करके पिला देंगे ठीक है चल चलिए चलो ठीक है किधर गए हो पता नहीं इधर नहीं गए ने बाहर नू खेत बनी ना ओ हुण किधर लेके उड़ गया हो ਪਹਿਲੇ ਖਸਮਾਂ ਦੀਆਂ ਨਿਗਾਹ ਰੱਖਿਆ ਕਰੋ ਤੇ ਮੈਨੂੰ ਕੀ ਪਤਾ ਕਹਿੰਦੇ ਉਹ ਕੁੜੀ ਕਹਿੰਦੀ ਬੋਰ ਹੋ ਰਹੀ ਹੈ ਨੇ ਉਹ ਕਹਿੰਦਾ ਮੈਂ ਕਮਾ ਲਈ ਉਹਨਾਂ ਨੂੰ ਇੱਧਰ ਜੇ ਮੈਂ ਚੱਲ ਲੈ ਜਾ ਕਿੱਧਰ ਕਮਾਉਣ ਗਏ ਖੇਤਾਂ ਬੰਨ ਗਏ ਜੀ ਉਹਦਾ ਕਰੂ ਕੋਈ ਪੰਗਾ ਖੜਾ ਹੁਣ ਇਹਨੂੰ ਨਹੀਂ ਪਤਾ ਹੈ ਚੱਲ ਆ ਜਾ ਚੱਲੀਏ ਕਿੱਥੇ ਸੜਦੀ ਹੋਰੇ ਚੰਦ ਚੜੂਗਾ ਤਾਂ ਹੁਣ ਖੇਤਾਂ 'ਚ ਜਲੂਸ ਕੱਢੂਗਾ ਸਾਰਾ ਤੇਰੀ ਗੱਲ ਵੀ ਸੱਚੀ ਆ ਤਾਂ ਕੋਈ ਤਵਾਰ ਨਹੀਂ ਸਾਰਾ ਪਿੰਡ ਦੇਖਦਾ ਆਲੇ ਦਾਲੇ ਮੇਰੀ ਤਾਂ ਬੇਇੱਜ਼ਤੀ ਕਰਵਾਊਗਾ ਹੁਣ ਉਹ ਚੱਲ ਫਿਰ ਦੇਖ ਆਉਂਦੇ ਆ ਕੀ ਕਰੀਏ ਆ ਜਾ ਜਲਦੀ ਚੱਲ ਆਪਣੇ ਵਾਲੇ ਤਾਂ ਪੂਰੇ ਮੱਚਦੇ ਹੋਣੇ ਆਪਣੇ ਤੇ ਬੜੇ ਲੱਗਦੇ ਨੇ ਆਪਣੇ ਤੇ ਕਾਲਾ ਕਿਹਨੂੰ ਲਈ ਆਉਂਦਾ ਪਟੋਲੇ ਹੀ ਬਹੁਤ ਘੱਟ ਲਈ ਆਉਂਦਾ ਉਹ ਠੀਕ ਆ ਉਹ ਕਿਵੇਂ ਆ ਕਾਲੇ ਵਧੀਆ ਵਧੀਆ ਹੋਰ ਠੀਕ ਆ ਆ ਕਿਹੜੀ ਮੁਟਿਆਰ ਲੈਦਾ ਮੈਂ ਪੂਜਾ ਵਰਗੀ ਲੱਗਦੀ ਹੋਵੇ ਉਹ ਮੇਰੀ ਗੱਲ ਸੁਣ ਸਾਡੇ ਵਾਲੇ ਕਿਹੜੀ ਧਿਆਨ ਰੱਖੀ ਮੈਂ ਖੇਤ ਖੂਤ ਦਾ ਖੇਤ ਦਿਖਾ ਲਿਆ ਮੈਂ ਇਹਦਾ ਸੋਹਣੀ ਬਹੁਤ ਆ ਕੰਮ ਮੰਨ ਗਿਆ ਮੇਰੀ ਸਕੀਮ ਨੂੰ ਉਹ ਤੇਰੀ ਸਕੀਮ ਕੰਮ ਆ ਗਈ ਕੋਈ ਨਾ ਮੈਂ ਤੈਨੂੰ ਪਾਰਟੀ ਕਰੂੰਗਾ
ਪਤਾ ਮਿੰਟੂ ਧੂਰੀ ਵਾਲਾ ਗਾਣਾ ਯਾਦ ਆ ਗਿਆ ਨਾ ਸੜੇ ਨੂੰ ਪਟੋਲੇ ਜਿੱਥੇ ਆ ਗਈ ਰਨ ਨਹੀਂ ਕਰਤਾ ਸੜੇ ਦਾ ਬੇੜਾ ਧਨ ਧਨ ਨਹੀਂ ਦਾ ਉਹ ਮੈਂ ਸਾਹਮਣਾ ਗੱਲ ਤੂੰ ਕੋਈ ਨਾ ਆਪਾਂ ਬਹਿ ਕੇ ਗੱਲ ਕਰਾਂਗੇ ਹੁਣ ਮੇਰੇ ਕੋਲ ਟਾਈਮ ਘੱਟ ਆ ਨਾਲੇ ਜੇ ਤੱਤਾਂ ਅੰਦਰ ਲੈਣਾ ਉਹ ਕੋਈ ਗੱਲ ਨਹੀਂ ਉਹ ਕੋਈ ਨਾ ਕੋਈ ਹਾਂ ਹਾਂ ਕਿਆ ਨਾ ਮੇਰਾ ਕੋਈ ਗੱਲ ਨਹੀਂ ਚੰਗਾ ਚੰਗਾ ਸਾਲਾ ਭਾਗ ਜਾ ਕੇ ਤਾਂ ਭੈਂਡੇ ਬਹੁਤ ਹੈ ਨਾ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਇਹ ਉਹ ਕਿੱਧਰੋਂ ਆ ਰਿਹਾ ਮਨੀ ਨਾਲ ਵੀ ਲਾਣੇ ਉਹ ਬਾਈ ਕੀ ਹੋ ਗਿਆ ਮਨੀ ਅੱਜ ਆਪਣੇ ਖੇਤ ਤੈਨੂੰ ਕੀ ਦੱਸਾਂ ਯਾਰ ਸਾਡੇ ਵਾਲੇ ਵੱਡੜ ਜੇ ਨੇ ਲੈ ਲਏ ਉਹ ਇੱਧਰ ਕਿਹੜਾ ਕੋਈ ਗਿਆ ਹੈ ਤੂੰ ਚੀਜ਼ ਚੂਈ ਮਕਾਉਣੀ ਦੱਸ ਦੇ ਮੈਂ ਘਰੇ ਫੜਾ ਆਂਦਾ ਆਪਣੇ ਤੈਨੂੰ ਸਭ ਪਤਾ ਕਿੱਥੇ ਹੈਗਾ ਕਿਵੇਂ ਤੁਸੀਂ ਮੀਆਂ ਬੀਬੀ ਬਣ ਗਏ ਆ ਕੇ ਨਾ ਕਰ ਮੈਨੂੰ ਸਿੱਧਾ ਹੋ ਕੇ ਦੱਸ ਦੇ ਉਹ ਬਾਈ ਕੁਛ ਨਹੀਂ ਹੈਗਾ ਮੈਂ ਤਾਂ ਇੱਥੇ ਖੇਤੀ ਸਫਾਈ ਕਰਨ ਵਾਲੀ ਮੋਟਰ ਚੱਦਰੀ ਦੀ ਆਪਣੀ ਆ ਲੂਛਣ ਜਨਮ ਆਉਣ ਵਾਲਾ ਇੰਨੀ ਕਾਰੇ ਕਰਾਏ ਹੋਏ ਨੇ ਜੜ ਤੂੰ ਹੀ ਆ ਸਾਰੇ ਕਾਰੇ ਕੀ ਨੇ ਬਾਈ ਲੁੱਤੀ ਲਾਤੀ ਤੈਨੂੰ ਮੈਨੂੰ ਸਿੱਧਾ ਹੋ ਕੇ ਦੱਸ ਦੇ ਵੀ ਕਿੱਥੇ ਆ ਉਹ ਨਹੀਂ ਬਾਈ ਉਰੇ ਕੋਈ ਨਹੀਂ ਮੈਂ ਮੋਟਰ ਚੱਲਣ ਲੱਗ ਰਿਹਾ ਮੈਨੂੰ ਲੂਛਣ ਨੂੰ ਪਾਣੀ ਲਾ ਰਿਹਾ ਜੀ ਸਾਰਾ ਪਤਾ ਹੈ ਲੁੱਚਪਣੇ ਕਰਦਾ ਤੂੰ ਨਹੀਂ ਭਾਬੀ ਮੈਂ ਮੈਨੂੰ ਕਿੱਥੇ ਪਤਾ ਕੁਛ ਉਹ ਨਹੀਂ ਬਾਈ ਇੱਥੇ ਅੰਦਰ ਕੋਈ ਹੈਗਾ ਯਾਰ ਨਾ ਆਦੋਗੀ ਉਹ ਆਦੇ ਮੋਟਰ ਚੱਲੀ ਜਾਂਦੀ ਆਪਣੀ ਬੰਬੀ ਯਾਰ ਉਹ ਪਰੇ ਹੋ ਜਾ ਯਾਰ ਉਹ ਬਾਈ ਨਾ ਯਾਰ ਅੰਦਰ ਕੋਈ ਨਹੀਂ ਰਸਤੇ ਕੇ ਰੋਕ ਦਾਂਗੇ ਜਾ ਸਾਨੂੰ ਜਿਹੜੀ ਚੀਜ਼ ਦੀ ਲੋੜ ਆ ਸਬਜੀ ਭਾਜੀ ਦੀ ਭਾਬੀ ਸਾਨੂੰ ਮਾਰਿਆ ਦੇ ਤੂੰ ਸਾਨੂੰ ਉਹ ਸੈਲ ਹਟ ਤੁੱਕ ਸਾਨੂੰ ਉਹ ਬਾਈ ਨਾ ਭੈਣ ਦੇ ਖਸਮਾਂ ਦਾ ਬੈਠੇ ਉਹ ਤੂੰ ਕਿਉਂ ਜਲੂਸ ਕਢਾ ਰੱਖਿਆ ਸਾਡਾ ਉਹ ਕੀ ਕਰਖਿਆ ਉਹ ਦੇਖ ਲੈ ਸਾਰੇ ਖੇਤ ਵਾਲੇ ਦੇਖਦੇ ਨੇ ਤੈਨੂੰ ਤੈਨੂੰ ਆਹ ਕੰਮ ਲਈ ਸੱਦਿਆ ਸੀ ਮੈਂ ਭੈਣੇ ਮੈਨੂੰ ਕਮਾਉਣ ਲੈ ਕੇ ਆਂਦੇ ਕਿਹੜਾ ਕਮਾਈ ਆ ਕਿਹੜਾ ਕਮਾਉਣ ਕਮਾਉਂਦਾ ਤੈਨੂੰ ਤੈਨੂੰ ਇਹੋ ਜਿਹਾ ਕਮਾਊਗਾ ਸਾਰੀ ਉਮਰ ਯਾਦ ਰੱਖੇਗੀ ਛੇ ਪੌਣਾ ਦੀ ਮੇਰੇ ਸਿਰ ਚ ਤੂੰ ਇੱਥੇ ਨਾ ਭੈਣੇ ਮੈਂ ਤਾਂ ਘੁੰਮਣ ਆਈ ਇੱਥੇ ਤੇ ਤੁਹਾਡਾ ਬਸ ਕਰ ਜਾ ਸੌਕਣ ਵਾਲੂ ਗਿੱਡੀਆਂ ਮੇਰੀ ਤੂੰ ਓਏ ਕਿਉਂ ਤੂੰ ਢੀਠ ਬਣ ਰਿਹਾ ਕਿਉਂ ਕਾਰੇ ਕਰਵਾਈ ਜਾਂਦਾ ਤੂੰ ਸਾਰੇ ਪਿੰਡ ਚ ਬੇਇੱਜ਼ਤੀ ਕਰਵਾ ਰੱਖੀ ਤੈਨੇ ਇਕੱਲੇ ਨੇ ਮੇਰੀ ਓਏ ਜੇ ਖੇਤ ਆਉਣਾ ਵੀ ਢੀਠ ਹੈ ਇਹ ਕੀ ਉਹ ਮੰਗ ਲਾਈ ਫਿਰਦਾ ਕੁੜੀ ਨੂੰ ਸ਼ਰਮ ਨਹੀਂ ਆਉਂਦੀ ਚੋਰੇ ਨੂੰ ਉਹ ਦੇਖ ਲੈ ਸਾਰੇ ਗੱਲਾਂ ਭਾਈ ਦੇਖ ਕੇ ਬੋਲਾ ਦੇਖ ਕੇ ਬੋਲ ਭਾਈ ਤੈਨੂੰ ਸ਼ਰਮ ਆਉਣੀ ਚਾਹੀਦੀ ਓ ਐਡਾ ਕੀ ਤਰ੍ਹਾਂ ਗੱਡਾ ਖੜਿਆ ਸੀ ਰਹਿਨੇ ਉਹਨੂੰ ਜਿਆਦੇ ਨੇ ਬੋਲ ਘਰੇ ਚੱਲ ਤੈਨੂੰ ਘਰੇ ਮੈਂ ਚੱਲਨੀ ਦੀਦੀ ਬੱਚੀ ਚਾਹਦੇ ਨੇ ਸਾਰੇ ਜਲੂਸ ਕੱਢਤਾ ਮੇਰਾ ਖੇਤ ਚ ਆਲੇ ਦਾਲੇ ਮੇਰੀ ਗੱਲ ਸੁਣ ਰਿਸ਼ਤੇਦਾਰਾਂ ਨੇ ਇਹ ਆਪਾਂ ਸੇਵਾ ਕਰਨ ਦਾ ਰਿਸ਼ਤੇਦਾਰਾਂ ਖੇਤਾਂ ਚ ਲਏਗਾ ਉਹ ਗੰਨੇ ਚੁੱਪੇ ਨੇ ਹੋਰ ਬਥੇਰੀਆਂ ਜਗ੍ਹਾ ਨੇ ਕਮਾਉਣ ਤੇ ਉਹਨੂੰ ਖੇਤ ਨੇ ਮੈਨੂੰ ਪਤਾ ਤੂੰ ਕਿਹੜੇ ਗੰਨੇ ਚੁੱਪਦਾ ਕਰਦਾ ਹੁੰਦਾਗਾ ਉਹ ਭਾਈ ਛੋਡੀ ਤਾਂ ਸੋਚ ਹੀ ਗਲਤ ਆ ਸੋਚ ਤੇਰੀ ਗਲਤ ਹੈ ਆ ਦੇਖ ਲਓ ਜੀ ਕਿਵੇਂ ਗੱਲਾਂ ਬਣਾਉਂਦਾ ਤੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਕੀ ਗਲਤ ਆ ਦੀਦੀ ਅਸੀਂ ਖੇਤ ਘੁੰਮਣ ਆਏ ਉਹ ਬਸ ਕਰ ਸਾਨੂੰ ਪਤਾ ਹੈ ਕਿ ਘੁੰਮਣ ਆਈਆਂ ਤੂੰ ਸੱਚ ਕਹਿ ਰਹੀਆਂ ਅਸੀਂ ਖੇਤ ਘੁੰਮਣ ਤੂੰ ਚੁੱਪ ਕਰ ਜਾ ਮੈਨੂੰ ਪਤਾ ਇਹਦਾ ਉਹ ਕੀ ਪਤਾ ਤੈਨੂੰ ਮੈਂ ਤੂੰ ਜਿਆਦਾ ਜੇ ਨਾ ਬੋਲ ਓਏ ਜਾਂ ਸਿੱਧਾ ਹੋ ਘਰੇ ਵਗ ਜਾ ਚੰਬਲੇ ਜਾ ਜਿਆਦਾ ਚੰਬਲ ਹੀ ਜਾਂਦਾ ਕੋਈ ਨਾ ਵਗ ਜਾਾਂਗੇ ਖੇਤਾ ਦੂਤ ਮਾਰ ਚਾਰ ਚਾਰ ਤਾਰ ਕੇ ਇਹਨਾਂ ਦੇ ਫਿਰ ਲੋਟ ਆਉਣਗੇ ਘੁੰਮਣ ਆਏ ਆ ਦੀਦੀ ਅਸੀਂ ਚੱਲ ਤੂੰ ਘਰੇ ਚੱਲ ਤੈਨੂੰ ਮੈਂ ਕਮਾਉਂ ਇਹ ਜਾ ਚੱਲ ਕੋਈ ਨਾ ਮੈਂ ਲੈ ਕੇ ਆਉਣਾ ਇਹਨੂੰ ਓ ਤੂੰ ਰੋਣ ਦੇ ਓਏ ਮੈਂ ਕਦਰੇ ਖਾਂਦਾ ਨਹੀਂ ਹੈਗਾ ਸਾਨੂੰ ਪਤਾ ਕਿਉਂ ਜਲੂਸ ਕਢਾਈ ਜਾਂਦਾ ਕੰਜਰਾ ਕਿਉਂ ਜਲੂਸ ਕਢਾਈ ਜਾਂਦਾ ਮੇਰਾ ਤੂੰ ਓ ਮੇਰੀ ਗੱਲ ਸੁਣ ਜਿਹੇ ਆ ਭਾਈ ਤੁਸੀਂ ਸੋਚਦੇ ਨੇ ਇਹ ਨਹੀਂ ਹੈਗਾ ਅਸੀਂ ਸਭ ਜਾਣਦੇ ਆ ਤੂੰ ਕਹੇ ਜਾਂ ਨਹੀਂ ਸਾਡੇ ਕੋਲ ਹੀ ਰਹਿਣਾ ਤੂੰ ਉਹ ਘਰ ਬਾਰੇ ਦੇਖ ਲੈ ਉਹ ਘਰ ਬਾਰੇ ਦੇਖ ਲੈ ਘਰ ਨੂੰ ਕੀ ਅੱਕ ਲੱਗ ਰਹੀ ਹੈ ਰੋਜ਼ ਤੇਰੇ ਲਾਂਬੇ ਆਉਂਦੇ ਨੇ ਮੇਰੇ ਸਾਲੇ ਦੇ ਆ ਲਾਂਬਾ ਗਿਆ ਪਹਿਲਾਂ ਉਹ ਤਾਂ ਸੰਭਾਲ ਲੈ ਰੋਜ਼ ਲਾਂਬੇ ਆਉਂਦੇ ਨੇ ਤੇਰੇ ਲਾਂਬੇ ਜਿਹੜੇ ਤੇਰੇ ਓ ਤੂੰ ਹੁਣ ਕਿਉਂ ਕਾਰੇ ਕਰੀ ਜਾਂਦਾ ਨਾ ਚਲੋ ਘਰੇ ਚੱਲੀਏ ਚੱਲ ਓ ਚੱਲ ਆਪਾਂ ਦੋਨੇ ਜੀ ਚੱਲਦੇ ਆ ਜੀ ਹਾਂ ਹਾਂ ਉਹ ਮੈਂ ਲਿਆਉਣਾ ਚੀਆਂ ਨੂੰ ਚੱਲ ਓ ਚੱਲ ਤੈਨੂੰ ਮੈਂ ਦੱਸਦਾ ਘਰੇ ਜਾ ਕੇ ਜਾ ਕੇ ਨਾ ਡੇਗੀ ਉਹ ਸਾਲ ਦੇ ਕੰਜਰ ਦੇ ਨੇ ਜਲੂਸ ਕਢਾ ਰੱਖੇਗਾ ਉਹ ਜਲੂਸ ਕੀ ਕੱਢਿਆ ਲੋਕ ਚ ਕੋਨੂੰ ਯਾਰਾਂ ਦਾ ਵੇ ਪਿੰਡ ਵਿੱਚ ਨਾ ਚੱਲ ਹਲੋ ਪੂਰਾ ਨਾ ਹਲੋ ਕਿਹਦਾ ਆਇਆ ਤੂੰ ਤੂੰ ਕੌਣ ਬਾਈ ਯਾਰਾਂ ਦਾ ਵੇ ਮਤਲਬ ਇਸੇ ਪਿੰਡ ਦਾਗਾ ਤੂੰ ਯਾਰਾਂ ਦਾ ਵੇ ਪਿੰਡ ਵਿੱਚ ਨਾ ਚੱਲਦਾ ਕਿਸੇ ਮਰਜ਼ੀ ਤੋਂ ਪੁੱਛ ਲਈ ਓ ਹਲੋ ਬਾਈਲੀ ਬੰਦਿਆਂ ਦਾ ਪਿੰਡ ਵਿੱਚ ਨਾ ਚੱਲਦਾ ਰਾਫੜਾ ਮਰੂਮਾ ਹੈ ਤੂੰ ਕੌਣ ਹੈ ਤੂੰ ਕੌਣ ਹੈ ਦੱਸ ਮੈਨੂੰ ਮੈਂ ਤਾਂ ਰਿਸ਼ਤੇਦਾਰ ਆਇਆ ਹਾਂ ਇੱਥੇ ਕਿਹਨਾਂ ਦੇ ਉਹ ਨਹੀਂ ਹੈਗੇ ਕੌਣ ਉਹ ਕੀ ਨਾਮ ਲੈਂਦੇ ਹੁੰਦੇ ਨੇ ਉਹਨਾਂ ਦਾ ਮੈਨੂੰ ਭੁੱਲ ਗਿਆ ਮੇਰੇ ਜੀਜੇ ਕਹਿ ਹੋਏ ਮੈਨੂੰ ਤਾਂ ਹੀ ਪਤਾ ਭੈਣ ਦਾ ਅਗੜਾ ਬਦਰਾ ਜੀਜਾ ਕਿਹੜਾ ਹੈ ਜਾਂ ਨਾ ਉਹਦਾ ਹੋਊਗਾ ਕੁਝ ਦਾ ਉਹ ਉਹਨਾਂ ਕੇ ਵੱਜਦੇ ਨੇ ਲੰਬੜਦਾਰਾਂ ਕੇ ਮਣੀ ਮਣੀ ਮੇਰਾ ਜੀਜਾ ਉਹ ਅੱਛਾ ਉਹ ਜਿਹਨਾਂ ਦਾ ਸੜਾ ਇੱਕ ਮੈਨੂੰ ਨਹੀਂ ਪਤਾ ਇੱਕ ਬਾਬਾ ਜਾਂਦਾ ਹਾਂ ਹਾਂ ਠੀਕ ਆ ਹਾਂ ਹਾਂ ਉਹਨਾਂ ਕਿਵੇਂ ਉਹ ਗਾਣੇ ਜਗਾਉਂਦਾ ਫਿਰ ਤੁਹਾਡੀ ਵੀ ਲੱਗ ਪਈਆਂ ਮੈਂ ਗੁਲਾਬ ਸਿੱਧੂ ਨਾਲ ਕਸ਼ਟ ਆ ਰਹੀ ਹੈ ਮੇਰੀ ਨਵਾਂ ਗੀਤ ਅਸੀਂ ਨੇ ਲਾਂਚ ਕਰਾਂਗੇ ਅਸੀਂ ਕੀ ਹੋ ਗਿਆ ਥੱਲੇ ਕੀ ਦੇਖਦਾ ਚੌਦਾਂ ਸਾਲ ਦਾ ਤੇਰੀ ਲੱਗਦੀ ਨਹੀਂ ਤੈਨੂੰ ਮੈਂ ਗੀਤ ਨਹੀਂ ਸੁਣਾਇਆ ਜਾ ਰਹੀਆਂ ਕਮਾਈਆਂ ਸਾਨੇ ਬੱਲੀ ਬਹਿੰਦਲੀ ਬੈਲੀ ਬੰਦੇ ਹੁੰਦੇ ਆ ਗੁਲਾਬ ਸਿੱਧੂ ਲਿਖ ਕੇ ਦੇਣਾ ਹੈ ਮੈਂ
ਬਈ ਬੰਦੇ ਹੁੰਨੇ ਆ ਕਦ ਮਰਜੀ ਟੱਕਰ ਲਈ ਲਾਦਾ ਤੂੰ ਮੈਨੂੰ ਡੰਗਰੇਂਗਾ ਡੰਗਰ ਡੁੰਗਰ ਨਾ ਕਹਿ ਮੇਰੇ ਸਾਲੇ ਦਾ ਪਥਾਰਾ ਪਾੜ ਦੂੰ ਮਾਰ ਕੇ ਚੱਪਲ ਮੇਰਾ ਸਾਲਾ ਬੜਵਾ ਜਾ ਬੋਲਾ ਕਹਿਣਾ ਮੈਨੂੰ ਤੂੰ ਬੋਲਾ ਤੇਰਾ ਪਿਓ ਬੋਲਾ ਭੈਣ ਦੀ ਡੰਗ ਮਰਾਵਾ ਜੇ ਬੋਲਾ ਕਹਿਣਾ ਸਾਡੇ ਪਿੰਡ ਚ ਆ ਕੇ ਮੇਰੇ ਤੇਵਾ ਮਾਰਦਾ ਤੂੰ ਚੱਲ ਵੀਰੇ ਗੱਲ ਸੌਰੀ ਗਲਤੀ ਹੋ ਗਈ ਬੱਚੇ ਤੂੰ ਕੰਮ ਕੀ ਕਰਦਾ ਮੈਂ ਗਾਉਣਾ ਮੈਂ ਇਹ ਕਹਿਣਾ ਮੈਂ ਬਹੁਤ ਮਿੱਠਾ ਗਾਉਣਾ ਸੰਦ ਦਾ ਕੋਈ ਹਣੀ ਤੇ ਲਵੇ ਸੰਦ ਮੇਰ ਲਵੇ ਬਾਜਾ ਹਾਂ ਤੇ ਚਿਮਟਾ ਹਾਂ ਤੇ ਪੂਪਣੇ ਜੇ ਉਹ ਜਿਹੜੇ ਐ ਵੱਜਦੇ ਹੁੰਦੇ ਨੇ ਪੂ ਨਗੋਜੇ ਨਗੋਜੇ ਨਗੋ ਹਾਂ ਨਗੋਜੇ ਹਾਂ ਏ ਟੂ ਜ਼ੈਡ ਸਾਰੀ ਚੀਜ਼ ਹੈ ਹਾਂ ਬਸ ਮੇਰ ਲਵੇ ਛੁੰਛਣਾ ਨਹੀਂ ਹੈਗਾ ਛੁੰਛਣਾ ਨਹੀਂ ਹੈਗਾ ਤੇ ਲਵੇ ਹਾਂ ਤਾਂ ਹੀ ਤਾਂ ਕੰਜਰਾ ਤੂੰ ਕਲਾਕਾਰ ਨਹੀਂ ਬਣਦਾ ਜੇ ਤੇ ਲਵੇ ਛੁੰਛਣਾ ਨਹੀਂ ਮੈਨੂੰ ਛੁੰਛਣਾ ਲਵਾ ਕਿਸੇ ਪਾਸਿਓਂ ਛੁੰਛਣਾ ਛੁੰਛਣਾ ਦਾ ਕੰਜਰਾ ਤੁਹਾਡੇ ਘਰੀ ਆ ਓਏ ਆ ਹਾਂ ਛੁੰਛਣਾ ਹਾਂ ਸਾਡੇ ਘਰੇ ਦਾ ਮੈਂ ਤਾਂ ਦੇਖਿਆ ਨਹੀਂ ਕੰਮ ਕਰ ਲੇਗਾ ਉਹ ਕਿਹੜਾ ਕੀ ਕੀ ਬੋਲੀ ਆ ਗਲਤ ਲੈ ਗਿਆ ਗਲਤ ਲੈ ਗਿਆ ਤੂੰ ਛੋਟੇ ਜਿਹੜਾ ਇੱਕ ਬੜਵਾ ਹੀ ਨਹੀਂ ਹੈਗਾ ਸੜਾ ਹਾਂ ਹੈਗਾ ਉਹਦੇ ਪੈਰੀ ਗਰਜੀ ਛੁੰਛਣਾ ਉਹ ਲਵੇ ਛੁੰਛਣਾ ਉਹ ਲਵੇ ਬਾ ਉਹ ਤੇਰੇ ਵੱਡੇ ਵੱਡੇ ਕਬੀਲੇ ਲੈ ਕੇ ਜਾਂਦੇ ਨੇ ਅੱਛਾ ਹਾਂ ਕਲਾਕਾਰ ਹੈ ਉਹ ਹੋਰ ਮੈਂ ਤਾਂ ਬਈ ਹੁਣੀ ਲੈ ਕੇ ਆਉਣਾ ਮੈਂ ਜਾਣਾ ਉਹਦੇ ਪੈਰੀ ਗਰਜੀ ਜਾ ਕੇ ਮੈਂ ਤਾਂ ਮਾਂ ਪੈਰੀ ਪੈ ਦੂੰ ਹਾਂ ਭੱਜਾ ਭੱਜਾ ਕੇਰਾ ਇਹਨੂੰ ਦਵਾਮਾ ਕੁੜੀ ਚੋ ਤੈਨੂੰ ਮੈਂ ਛੁੰਛਣਾ ਉਹ ਮੇਰੀ ਗੱਲ ਸੁਣਦਾ ਆ ਬੰਦਾ ਤੇਰੇ ਮੂਰੇ ਹੱਥ ਕਿਉਂ ਮੇਰੀਆਂ ਜੜਾਂ ਚ ਬੈਠੇ ਆ ਹੋ ਜਾਣ ਦੇ ਪੱਗ ਦੀ ਰੋਟੀ ਮੈਂ ਜਾਣਦਾ ਨੀ ਹੈਗਾ ਮੀਲਾ ਲਾ ਕੇ ਮੇਰੀ ਗੱਲ ਸੁਣ ਇਹ ਸਾਰੇ ਤੇਰੇ ਸਿਰ ਤੇ ਬਹਿ ਜਾਣਗੇ ਤੂੰ ਮੇਰਾ ਵਿਆਹ ਕਰ ਦੇ ਉਹਦੇ ਨਾਲ ਕਰਵਾ ਦੇ ਤੇਰਾ ਹੁਣ ਕਰਾ ਦੂੰ ਡੋਲਾ ਮੈਂ ਕੀ ਮੈਂ ਉਹ ਬਣੂ ਸਰਬਾਲਾ ਬਣੂਗਾ ਮੈਂ ਤੈਨੂੰ ਬਣਾਵਾਂ ਸਰਬਾਲਾ ਆ ਕੀ ਦਾ ਵਿਆਹ ਹੋਊਗਾ ਮੈਂ ਸਰਬਾਲਾ ਤੂੰ ਵਗ ਜਾ ਓਏ ਸਰਬਾਲਾ ਬਣੂਗਾ ਮੈਂ ਸੜਦ ਨੂੰ ਕੁੱਟ ਕੁੱਟ ਭੇਜ ਨਾ ਖੜ ਜਾ ਯਾਰਾ ਨਿਕਲ ਜਾ ਕੁੱਟਦਾ ਕਿਉਂ ਪਹਿਲੀ ਗੱਲ ਤੂੰ ਖੜ ਜਾ ਬਾਈ ਤੂੰ ਮੈਨੂੰ ਦੱਸੋ ਮੇਰੀ ਗੱਲ ਸੁਣ ਓਏ ਰਮਾ ਤੂੰ ਸੜੀ ਤੋਂ ਬਣਾ ਦੂੰ ਮੇਰੇ ਸਾਹ ਨੇ ਪਹਿਲੇ ਹੀ ਲੈ ਰੱਖੇ ਨੇ ਕੁੱਟਦਾ ਜੀ ਤਾਂ ਮੈਂ ਕੁੱਟਦਾ ਤੈਨੂੰ ਉਹ ਤੇਰੇ ਲੱਛਣੇ ਕੁੱਟਣ ਵਾਲੇ ਨੇ ਕੁੱਟਦਾ ਤੂੰ ਕਿੱਥੋਂ ਮੱਥੇ ਲੱਗ ਗਿਆ ਤੂੰ ਉੱਠਿਆ ਨਹੀਂ ਹੈਗਾ ਓਏ ਮੈਂ ਤਾਂ ਇੱਕੇ ਨਹੀਂ ਲੋਟਾ ਇਹਦਾ ਹੈਗਾ ਬਗ ਜਾ ਰੋ ਨਾਰੇ ਚੰਦਾ ਕਿ ਮੇਰੇ ਨਹੀਂ ਬੀਬੀ ਨੂੰ ਦੱਸੂਗਾ ਜਾ ਕੇ ਮੈਂ ਨਹੀਂ ਬੀਬੀ ਨੂੰ ਦੱਸ ਦੇ ਮੈਂ ਨਹੀਂ ਤੂੰ ਦੱਸ ਦੇ ਤਾਂ ਬੀਬੀ ਨੂੰ ਦੱਸੇਗਾ ਤੂੰ ਤੂੰ ਕੌਣ ਹੈ ਕੌਣ ਹੈ ਬੜਾ ਪਰਾਉਣਾ ਹੋਣਾ ਦੇਖ ਲੈ ਸਮਾਰ ਕੇ ਕਰ ਓਏ ਪਰਾਉਣਾ ਹੈ ਤੂੰ ਉਹ ਕਿਉਂ ਤੂੰ ਤਾਂ ਮੇਰਾ ਹੋ ਜਾ ਕੰਜਰਾ ਮੈਂ ਤਾਂ ਸਰਬਾਲਾ ਬਣੂ ਮੈਨੂੰ ਸਰਬਾਲਾ ਬਣਾਓ ਉਹ ਘਰੇ ਵਗ ਜਾ ਕਿਉਂ ਜਲੂਸ ਕਢਾ ਰੱਖਿਆ ਮੈਂ ਪਹਿਲਾਂ ਮੈਨੂੰ ਸਰਬਾਲਾ ਬਣਾਓ ਜੀ ਦਾ ਵਿਆਹ ਮਿਲਦਾ ਸਰਬਾਲਾ ਆ ਜਾ ਤੂੰ ਘਰੇ ਬਣਾਉ ਸਰਬਾਲਾ ਆ ਜਾ ਤੂੰ ਘਰੇ ਬਣਾਉਣਾ ਪਿੰਡ ਵਗ ਜਾ ਚੁੱਪੇ ਰਹੋ ਮੈਂ ਕੱਢ ਕੇ ਲੈ ਗਿਆ ਤੈਨੂੰ ਕੱਢ ਕੇ ਲੈ ਗਿਆ ਹੁਣ ਜਲੂਸ ਤਾਂ ਕਢਾਤਾ ਸਾਰੇ ਅੱਗ ਪਾ ਕੇ ਖੁਸ਼ ਆ ਅੱਗ ਪਾ ਕੇ ਖੁਸ਼ਾਂ ਨਾਲੇ ਹੋਰ ਉਹ ਮੈਂ ਤਾਂ ਘਰ ਬਸਾਉਣਾ ਮਸਾ ਤਾਂ ਰੋਟੀ ਪਾ ਉਹ ਤੇਰਾ ਇਹੋ ਜਿਹਾ ਬਸਾਉ ਨਾ ਮੈਂ ਘਰ ਘਰ ਐ ਬਸਦੇ ਹੁੰਦੇ ਨੇ ਉਹ ਤੂੰ ਰਹਿਣ ਦੇ ਛੁੱਟਦਾ ਦੇ ਬਾਹੋ ਮੈਨੂੰ ਸਾਲਾ ਸੁਣਸਣੇ ਦਾ ਐ ਤੈਨੂੰ ਹੋਰ ਨਾ ਦੇਦਾ ਮੈਂ ਮੈਨੂੰ ਛੁੱਟਦਾ ਦੇ ਬਾਹੋ ਮੈਂ ਅੱਜੇ ਛੁੱਟਣਾ ਮੰਗਦਾ ਕੱਲ ਨੂੰ ਬਹੂ ਮੰਗੂਗਾ ਇਹ ਮੇਰੇ ਮੂੰਹ ਤੇ ਥੁੱਕ ਦੀ ਉਹ ਬਹੂ ਤਾਂ ਤੂੰ ਵੀ ਮੰਗਣ ਲੱਗ ਰਿਹਾ ਪਿੱਪਲ ਇੱਕ ਤੂੰ ਲੱਗਿਆ ਸੀ ਪਰ ਹੁਣ ਇਹ ਲੱਗ ਗਿਆ ਫਿਰ ਮੇਰੀ ਤਾਂ ਉਮਰ ਲੰਘਦੀ ਆ ਕੀ ਕਰੀਏ ਸਾਲੇ ਜੇ ਹੁੰਦਾ ਨਹੀਂ ਰਿਸ਼ਤਾ ਹੁਣ ਮੈਂ ਧੱਕੇ ਨਾਲ ਕਰਾਦਾ ਤੂੰ ਤਾਂ ਜਾਣ ਕੇ ਨਹੀਂ ਕਰਦਾ ਤੈਨੂੰ ਐਵੇਂ ਆ ਵੀ ਜ਼ਮੀਨ ਮੈਨੂੰ ਮਿਲ ਜੇ ਉਹ ਮੈਨੂੰ ਕੋਈ ਜ਼ਮੀਨ ਦਾ ਨਹੀਂ ਲੈ ਲਈ ਜਿਹੜਾ ਖੁੱਡ ਆਉਂਦੇ ਨੇ ਦੋ ਤੈਨੂੰ ਲੈ ਲਈ ਨਾਲੇ ਹੋਰ ਉਹ ਤੂੰ ਮੇਰੇ ਸਾਲੇ ਦੇ ਬਿਮਾਰੀ ਜੀ ਇਹਨੂੰ ਵੀ ਡੱਕਰ ਨਾਲ ਇਹਨੂੰ ਡੱਕਰ ਨਾਲ ਲੋੜ ਨਹੀਂ ਇਹਦਾ ਲੱਕੜਾ ਪਾ ਕੇ ਇਹਨੂੰ ਇੱਥੇ ਫੂਕ ਦੇ ਭੈਣ ਦਾ ਮੈਂ ਤੁਹਾਨੂੰ ਦੋਨਾਂ ਨੂੰ ਹੀ ਫੂਕੂੰਗਾ ਤੁਹਾਨੂੰ ਦੋਨਾਂ ਨੇ ਬਲੀਨ ਕਰਿਆ ਪਿਆ ਮੈਂ ਲੈ ਉਹ ਮੇਰੇ ਸਾਲੇ ਦੇ ਤੂੰ ਮੇਰੇ ਘਰ ਕਿਉਂ ਮਾਰੀ ਜਾਂਦਾ ਐਵੇਂ ਭਾਈ ਆ ਤੇਰਾ ਦਾਰਾ ਇਹ ਕੰਜਰ ਦਾ ਸਾਰਾ ਤੂੰ ਪਾਉਣਾ ਸਾਡੇ ਉਹ ਤੁਸੀਂ ਮੇਰੇ ਨਾਲ ਤੂੰ ਦੁਰਦਾ ਬਿਮਾਰੀ ਆ ਜਲੂਸ ਆਹ ਜਲੂਸ ਉਹ ਜਲੂਸ ਤਾਂ ਸੋਨੇ ਦੋਨਾਂ ਨੇ ਕਢਾ ਰੱਖਿਆ ਮੇਰਾ ਗੱਲ ਸੁਣਾ ਆ ਬੋਲੀ ਨੂੰ ਭੇਜ ਦੇ ਇਹ ਤੇਰਾ ਘਰ ਜਾੜ ਦੂਗੀ ਸਰ ਕਹਿੰਦਾ ਤੈਨੇ ਜਾੜ ਰੱਖਿਆ ਇਹਨੇ ਕੀ ਕਿਹਾ ਤੈਨੂੰ ਚੌੜਾ ਹੋ ਕੇ ਰਹਿ ਲਈ ਇੱਥੇ ਵਗ ਜਾਣੇ ਅੱਜ ਤਾਂ ਵਗ ਜਾਣੇ ਤਿੰਨੇ ਭੈਣ ਭਾਈ ਵਗ ਜਾਣੇ ਆ ਨਿਕਲਦੀ ਤੂੰ ਮਰਵਾ ਕੇ ਜਾਵੇਂ ਕਿ ਤੂੰ ਇਹੀ ਜੀ ਸੜੀ ਹੋਈ ਤੀਵੀਂ ਆ ਇਹਨੂੰ ਪਕੜਾ ਤੂੰ ਤੂੰ ਸੜਿਆ ਹੋਇਆ ਤੂੰ ਆ ਦੇਖ ਆ ਕੋ ਮੇਰੇ ਸੜ ਦੇ ਤੇਰੇ ਮੰਤਰੇ ਤੂੰ ਸੜਿਆ ਹੋਇਆ ਤੂੰ ਉਹ ਤੁਸੀਂ ਦੋਨੇ ਨਿਕਲ ਜਾਓ ਤੂੰ
मैं गुलाब सिद्धू ना गल करी बैठा भी तेरी करामा तेरी करामा गुलाब सिद्धू ना गल तेरा दिमाग रे सोडे दा नहीं हल गया कंजरो मैं मेरे सारे दी गुलाब ना गल करी बैठा मेरा कहना बहुई दी गर्द करदे सुन सुनाले दे बोंदे मैं है जा दमाऊ तेनु सुन सुना ओ साला सुन सुना कहना सिख ले ओ साला दूस कड़ा के सुन सुना सुन सुना की मतलब होंदा सुन सुने दा हुन ते सुन सुना तेनु नहीं पता बजाउण वाला तो इत्थे ना बजदा है चलो तू भी निकल जा मुंह ना दिखा दियो मेनू मुंह ओ मेरे साल दे सर दो साला कर दा जाओ जी तो मैं नहीं आना तेरे घरे ठीक है मेरा मुड़ के मेनू मुंह ना दिखा दियो मेरी गल सुन चुप करा ओ सारे जने तेनु क्या के मार के टकरू ले ला भी रे ना ना कष्ट कराई मेरा ना मुड़ करा दूं कष्ट जाने असी नहीं अंदर पा भी जा जाना मैं भी नाली जाना ओ तू ओ देखो खा गयो तेनु खा गिर तो की करवा ते निकल ओए जाने असी मेरी बहन भरा ने राग ला हाँ जी बई वीडियो तो सोने देख ली तो लाइक कमेंट शेयर भी कर दो ते बई चैनल नू सबसक्राइब करना ना भुलिया करो ते बई वद तो वद जिन्ना तुसी शेयर करोगे ना वीडियो नू ते उन्ना सानू हौसला मिलता अगे वीडियो बनाउण दा ते आपां बोलन लगे पहले 10 कमेंट जिन्हां ने पिछले पार्ट ते करे सीगे गुरजीत सिंह बलजिंदर सिंह जसमेल खान गुरुमान हरमन कौर सोनी सीट कवर बलजिंदर सिंह परगट सिंह बराड़ राजू सिंह राजवंत भुल्लर ये पहले 10 कमेंट जिन्होंने पिछली वीडियो ते करे सीगे ते उम्मीद करते हैं सोनू साड़ियाँ वीडियो वधिया लगदियां होणगियां ते इदां ही साथ दिंदे रहो इदां ही सपोर्ट करते रहो ते अपना प्यार बनाई रखो तां अगे होर भी घंट घंट वीडियो लैके आवांगे ते मिलदे हां अगले पार्ट दे नाल जां अगली जल्दी नवीं वीडियो दे नाल उदों तक सपोर्ट करते रहो लव यू ऑल